ਪ੍ਰੀਤ। ਹਾਂਜੀ ਮੰਮੀ। ਪੁੱਤ ਤੈਂ ਨਵੇਂ ਕੱਪੜੇ ਪਾਏ ਨੇ। ਉਹ ਮੈਂ ਪਿੰਡ ਜਾਣ ਲੱਗੀ ਸੀ ਰੱਖੜੀ ਬੰਨਣ ਵੀਰੇ ਦੇ। ਅੱਛਾ ਪੁੱਤ, ਜੇ ਤੂੰ ਅੱਜ ਨਾ ਜਾਵੇਂ ਕੱਲ ਨੂੰ ਚਲੇ ਜਾਈ। ਮੰਮੀ ਮੈਂ ਤਾਂ ਫੋਨ ਵੀ ਕਰਕੇ ਹੁਣ ਵੀਰੇ ਨੂੰ। ਪੁੱਤ ਮੈਂ ਤਾਂ ਕਹਿੰਦੀ ਹਾਂ, ਤੇਰੀ ਭੂਆ ਦਾ ਫੋਨ ਆਇਆ ਸੀਗਾ, ਉਹ ਰੱਖੜੀ ਬੰਨਣ ਆ ਰਹੀ ਆ, ਕਹਿੰਦੀ ਮੈਂ ਬੱਸ ਚੜ ਗਈ, ਘੰਟੇ ਕੁ ਤੱਕ ਆ ਜਾਊਗੀ। ਲੈ ਭੂਆ ਇੱਕ ਅੱਧੇ ਦਿਨ ਠਹਿਰ ਕੇ ਆ ਜਾਂਦੀ ਮੰਮੀ। ਪੁੱਤ ਹੁਣ ਪਰਸੋਂ ਤਾਂ ਰੱਖੜੀਆਂ ਨੇ, ਉਹ ਅੱਡ ਨੂੰ ਅੱਡ ਕਾਲੀਆਂ ਪਈਆਂ ਰਹਿੰਦੀਆਂ ਨੇ, ਤੇ ਹਾਲ ਆਉਂਦਾ ਨਹੀਂ ਹੈਗਾ, ਉਹਨੂੰ ਪਹਿਲਾਂ ਕਾਲੀ ਹੋ ਜਾਂਦੀ ਆਉਣ ਦੀ। ਪੁੱਤ ਚੱਲ ਕੋਈ ਗੱਲ ਨਹੀਂ, ਘਰ ਦੀ ਧੀ ਆ, ਉਹਨੂੰ ਵੀ ਚਾਓ ਆ ਵੀ ਮਾਂ ਮਾਂ। ਮੰਮੀ ਕਿੰਨੀ ਉਮਰ ਹੋ ਗਈ ਹੁਣ ਉਹਦੀ, ਵਾਧੂ ਉਹਨੇ ਰੱਖੜੀਆਂ ਬੰਨ ਲਈਆਂ, ਵਾਧੂ ਉਹਨੇ ਤਿਉਹਾਰ ਦੇਖ ਲਏ। ਮੇਰੀ ਗੱਲ ਸੁਣ, ਜਦੋਂ ਦਾ ਭਰਾ ਹੀ ਨਹੀਂ ਰਿਹਾ ਫਿਰ ਰੱਖੜੀ ਉਹ ਕਾਹਦੀ ਬਣਦੀ ਆ? ਨਾ ਪੁੱਤ, ਆਏ ਨਹੀਂ ਕਹੀਦਾ ਹੁੰਦਾ, ਜੇ ਉਹਦਾ ਭਰਾ ਨਹੀਂ ਰਿਹਾ ਕੋਈ ਨਾ, ਉਹ ਰੱਖੜੀ ਮੇਰੇ ਬਣ ਜਾਂਦੀ ਆ, ਆਪਣੇ ਬਾਵੇ ਦੇ ਬਣ ਜਾਂਦੀ ਆ। ਉਹੀ ਪੁੱਠੇ ਰਿਵਾਜ਼ ਤੋਂ ਰੱਖੇ ਨੇ ਮੰਮੀ, ਰੱਖੜੀ ਭਰਾਵਾਂ ਦੀ ਹੁੰਦੀ ਹੁੰਦੀ ਆ, ਆ ਕੀ ਹੁਣ ਤੁਹਾਡੇ ਰੱਖੜੀ ਬੰਨ ਕੇ ਆਊਗੀ ਭਰਜਾਈ ਦੇ? ਇਹ ਸਾਰੀਆਂ ਉਹਦੀਆਂ ਪੈਸੇ ਦੀਆਂ ਖੇਡਾਂ ਨੇ, ਤੈਨੂੰ ਨਹੀਂ ਪਤਾ ਹੈਗਾ, ਉਹਨੂੰ ਐਂ ਆ ਵੀ ਰੱਖੜੀ ਬੰਨੂਗੀ 1000 ਰੁਪਇਆ ਬਣੂਗਾ ਮੈਨੂੰ। ਚੱਲ ਪੁੱਤ, ਆਏ ਨਹੀਂ ਕਹੀਦਾ ਹੁੰਦਾ, ਕੋਈਆਂ ਧੀ ਧਿਆਣੀ ਆ, ਉਹਨੂੰ ਵੀ ਹੈ ਕੋਈ ਆਸ ਹੁੰਦੀ ਆ ਪੇਕਿਆਂ ਦੀ। ਮੰਮੀ ਆਸ ਤਾਂ ਹੁੰਦੀ ਹੈ, ਫਿਰ ਵੀ ਆਪ ਸਿਆਣੀ ਹੋਣੀ ਚਾਹੀਦੀ ਹੈ, ਆਪਾਂ ਆਪਦੀ ਕੁੜੀ ਨੂੰ ਦੇਈਏ ਕਿ ਉਹਨੂੰ ਦੇਈਏ, ਹੋਰ ਕਿੰਨਾ ਕੁ ਟਾਈਮ ਉਹਦੇ ਨਾਲ ਆਪਾਂ ਸਕੀਰੀਆਂ ਪਕਾਈ ਆਈਏ। ਪੁੱਤ ਆਏ ਨਹੀਂ ਗੁੱਸਾ ਕਰੀਦਾ ਹੁੰਦਾ, ਕੋਈ ਗੱਲ ਨਹੀਂ ਹੁਣ ਤੂੰ ਕੱਲ੍ਹ ਨੂੰ ਵਗ ਜਾਈ, ਉਹਨੇ ਆ ਜਾਣਾ, ਹੁਣ ਕੋਈਆਂ ਰੋਟੀ ਪਾਣੀ ਬਣਾ ਲਈ, ਘੜੀ ਬੈਠ ਜਾਂਦਾ ਬੰਦਾ, ਹੋਰ ਕੀ ਹੈ, 2-4 ਘੰਟੇ ਰਹੂਗੀ, ਉਹਨੇ ਕਿਹੜਾ ਬਹੁਤਾ ਟਾਈਮ ਰਹਿਣਾ, ਉਹ ਤਾਂ ਉਹਨੇ ਸ਼ਾਮ ਨੂੰ ਮੁੜ ਜਾਣਾ। ਮੰਮੀ ਸ਼ਾਮ ਨੂੰ ਤਾਂ ਮੁੜ ਜੂਗੀ, ਚਾਹੇ ਰਹਿ ਜੇ ਕੋਈ ਚੱਕਰ ਨਹੀਂ, ਉਹਨੇ ਕਿਹੜਾ ਦੱਸ ਆ ਪਨੀਰ ਨਾਲ ਰੋਟੀ ਖਾਣੀ ਹੈ, ਚਾਹ ਬਣਾਉਣੀ ਹੋਊਗੀ, ਤੁਸੀਂ ਬਣਾ ਦਿਓ, ਮੇਰੇ ਤੋਂ ਕੀ ਕਰਾਉਣਾ। ਪੁੱਤ ਉਹ ਕੀ ਸੋਚੂਗੀ ਵੀ ਮੈਂ ਆਈ ਹਾਂ, ਬਹੂ ਘਰੇ ਨਹੀਂ ਹੈਗੀ, ਤੂੰ ਇੱਕ ਵਾਰ ਪਹਿਲਾਂ ਵੀ ਉਹ ਆਈ ਤੀ ਜਦ ਵੀ ਤੂੰ ਆਪਣੇ ਪੇਕੇ ਗਈ ਹੋਈ ਤੀਗੀ, ਚੱਲ ਨਾਲੇ ਤੈਨੂੰ ਮਿਲ ਲੂਗੀ ਉਹ। ਮੰਮੀ ਚਾਹੇ ਕਿਸੇ ਦਾ ਕਿੰਨਾ ਮਰਜ਼ੀ ਕਰ ਲਓ, ਜਿਹਨੇ ਸੁਣਾਉਣੀ ਉਹਨੇ ਸੁਣਾਈ ਦੇਣੀ ਆ। ਚੱਲ ਕੋਈ ਗੱਲ ਨਹੀਂ ਪੁੱਤ, ਗੁੱਸਾ ਨਾ ਕਰ, ਹੁਣ ਤੂੰ ਕੱਲ ਨੂੰ ਚਲੇ ਜਾਈ, ਰਹਿਣ ਦੇ ਅੱਜ ਜਾਣ ਨੂੰ। ਚੱਲ ਮੈਂ ਦੇਖਾਂ, ਮੈਂ ਬਣਾ ਲੈਂਦੀ ਹਾਂ ਸਬਜ਼ੀ ਸੁਬਜ਼ੀ, ਇਹਨੇ ਤੂੰ ਕਰ ਲੈ ਹੋਰ ਕੁਛ ਕਰਨਾ, ਠੀਕ ਆ, ਗੁੱਸਾ ਨਾ ਕਰ, ਕੱਲ ਨੂੰ ਚਲ ਜਾਈ। ਸਮਝ ਨਹੀਂ ਆਉਂਦੀ ਮੈਨੂੰ ਤਾਂ ਵੀ ਹੁਣ ਬੁੜੀ ਦੀਆਂ ਕਾਹਦੀਆਂ ਰੱਖੜੀਆਂ ਦੇ ਰਹੀਆਂ, ਵੀ ਜਦੋਂ ਤੇਰਾ ਭਾਈ ਨਹੀਂ ਰਿਹਾ ਫਿਰ ਟਿੰਡੀਆਂ ਲੈਣ ਆਉਂਦੀ ਆ ਤੂੰ ਉਰੇ? ਇੱਕ ਤੇ ਬਾਲੀਆਂ ਸੱਚੀ ਪੈਸੇ ਦੀਆਂ ਭੁੱਖੀਆਂ ਨੇਗੀਆਂ। ਦੱਸ ਚੰਗਾ ਭਲਾ, ਮੈਂ ਪਿੰਡ ਜਾਣਾ ਸੀ ਰੱਖੜੀ ਬੰਨਣ, ਫੋਨ ਕੀਤਾ ਸੀ ਭਰਾ ਨੂੰ। ਪ੍ਰੀਤ ਨਾਲੀ ਤੂੰ? ਆਹੋ ਨਾਲੀ, ਕੀ ਫਾਇਦਾ ਨਹਾਉਣ ਦਾ? ਕੀ ਹੋ ਗਿਆ, ਹੁਣ ਮੇਰੇ ਕੱਪੜੇ ਤਾਂ ਕੱਢ ਦੇ, ਆਪ ਤਾਂ ਪਾਈ ਬੈਠੀ ਆ ਤੂੰ। ਰਹਿਣ ਦੋ, ਕਿਤੇ ਨਹੀਂ ਜਾਣਾ ਯਾਰ। ਕਿਉਂ ਨਹੀਂ ਜਾਣਾ, ਤੜਕੇ ਤਾਂ ਮੇਰਾ ਸਿਰ ਖਾ ਰੱਖਿਆ, ਹੁਣ ਅੱਗੇ ਜਾਣਾ ਨਹੀਂ ਹੈਗਾ। ਹੁਣ ਮੰਮੀ ਨੇ ਮੇਰਾ ਸਿਰ ਖਾ ਰੱਖਿਆ, ਅੱਗੇ ਭੂਆ ਆਊਗੀ ਤੁਹਾਡੀ, ਮੈਡਮ ਜੀ ਉਹ। ਭੂਆ ਆਊਗੀ ਕਿ ਮੰਮੀ ਨੂੰ ਪਤਾ ਹੈਗਾ ਯਾਰ ਆਪਾਂ ਜਾ ਕੇ ਆਉਣਾ ਸੀ ਅੱਜ? ਮੰਮੀ ਕਹਿੰਦੀ ਅੱਗੇ ਪਿੱਛੇ ਵਗ ਜੀ, ਫਿਰ ਉਹ ਜ਼ਰੂਰੀ ਹੈ ਨਾ ਜ਼ਿਆਦੇ, ਉਹਦੀ ਕਿਤੇ ਰੱਖੜੀ ਵਿੱਚ ਨਾ ਰਹਿ ਜੀ। ਭੂਆ ਨੂੰ ਕੀ ਹੋ ਜਾਂਦਾ, ਉਹਦੀ ਆਉਣ ਨੂੰ ਤਿਆਰ ਹੋ ਜਾਂਦੀਆਂ, ਹਰ ਰੱਖੜੀ ਇੱਕ ਰੱਖੜੀ ਵੀ ਮਿਸ ਨਹੀਂ ਕਰਦੀ ਹੈਗੀ, ਜਿਹਨੇ ਆਉਣਾ ਉਹ ਲਵਪ੍ਰੀਤ ਲੈ, ਉਹਨੇ ਤੱਕ ਫੋਨ ਵੀ ਨਹੀਂ ਕਰਿਆ ਵੀ ਮੈਂ ਆ ਰਹੀ ਹਾਂ। ਇਹ ਗੱਲ ਹੈ ਨਾ, ਜਾ ਕੇ ਮੰਮੀ ਨੂੰ ਸਮਝਾਓ, ਉਹਦੇ ਦਿਮਾਗ 'ਚ ਪਤਾ ਨਹੀਂ ਕੀ ਬਾੜਿਆ ਮੰਮੀ ਦੇ ਉਹਨੇ, ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਡੀ ਬੁੜੀ ਹੋ ਗਈ ਹਜੇ ਉਹਦੀ ਰੱਖੜੀ ਹੀ ਵਿੱਚ ਰਹਿ ਗਈ ਆ, ਜਦੋਂ ਦਾ ਭਰਾ ਹੀ ਨਹੀਂ ਰਿਹਾ ਹੈਗਾ। ਉਹੀ ਤਾਂ ਮੈਂ ਗੱਲ ਕਰਦਾ, ਊਂ ਹਜੇ ਆ ਕੇ ਖੜੀ ਨਹੀਂ ਕਦੇ, ਆ ਜਦੋਂ ਤਿਉਹਾਰ ਹੁੰਦੇ ਨੇ ਉਹ ਭੱਜੀ ਫਿਰਦੀ ਹੈ। ਆਹੋ, ਕਦੇ ਆਪਣੇ ਦੁੱਖ ਸੁੱਖ 'ਚ ਆ ਕੇ ਉਰੇ ਖੜੀ ਨਹੀਂ, ਕਦੇ ਪੁੱਛਿਆ ਨਹੀਂ ਵੀ ਤੁਸੀਂ ਮਰੇ ਹੋ ਕਿ ਜਿਉਂਦੇ ਹੋ। ਉਹੀ ਤਾਂ ਮੈਂ ਕਹਿਣਾ, ਮੈਂ ਤਾਂ ਐਂ ਕਰਦਾ ਮੰਮੀ ਨੂੰ ਕਹਿ ਦਿੰਦਾ ਮੈਂ ਵੀ ਅਸੀਂ ਨਹੀਂ ਖੜਦੇ, ਕਿਸੇ ਦਾ ਜਾਂਦੇ ਹਾਂ, ਸਾਡਾ ਜਾਣਾ ਜ਼ਰੂਰੀ ਹੈ। ਬਥੇਰਾ ਮੰਮੀ ਨਾਲ ਮੱਥਾ ਮਾਰ ਲਿਆ ਮੈਂ ਯਾਰ, ਮਾਣੀ 'ਚ ਬਣਾ ਰੱਖਿਆ ਥੋੜ੍ਹੀ ਜਿਹੀ ਭੂਆ ਨਾ, ਵੀ ਦੱਸ ਉਹਨੂੰ ਕਹਿ ਦੇ ਵੀ ਉਹ ਤਾਂ ਜਾ ਰਹੇ ਨੇ ਭਾਈ, ਤਿਆਰੀ ਉਹਨਾਂ ਦੀ, ਮਾਂ ਵੀ ਬਿਨਾਂ ਪੁੱਛੇ ਹਾਂ ਕਰ ਦਿੰਦੀ ਹੈ,
ਵੀ ਸਾਨੂੰ ਤਾਂ ਪੁੱਛ ਲਿਆ ਵੀ ਸਾਡੀ ਕੀ ਪਲੈਨਿੰਗ ਹੈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਭੂਆ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਜ਼ਿਆਦਾ ਜ਼ਰੂਰੀ ਹਾਂ। ਹੁਣ ਮੈਂ ਆਪਦੇ ਭਾਈ ਨੂੰ ਫੋਨ ਕਰਕੇ ਕਿਹਾ ਬਾਈ, ਨਾਲੇ ਪਤਾ ਮੇਰੇ ਭਾਬੀ ਦਾ ਸੁਭਾਅ ਨਹੀਂ ਹੈਗਾ, ਅਗਲੀ ਕਹੂਗੀ ਲਾਰਾ ਲਾ ਕੇ ਸਾਨੂੰ ਆਈ ਨਹੀਂ। ਚੱਲ ਕੋਈ ਨਹੀਂ ਪ੍ਰੀਤ, ਹੁਣ ਨਾ ਤੂੰ ਚੁੱਪ ਕਰ ਜਾ, ਆਉਣ ਦੇ ਭੂਆ ਨੂੰ, ਉਹ ਨਾਲ ਤਾਂ ਮੈਂ ਸਿੱਧਾ ਹੋ ਕੇ ਗੱਲ ਕਰਦਾ ਵੀ ਮੈਂ ਮੂੰਹ ਨਹੀਂ ਬਣਾਉਂਦਾ ਰੱਖੜੀ ਤੇਰੇ ਤੋਂ। ਆ ਜਾਂਦੀ ਹੈ ਇੱਥੇ ਮੂੰਹ ਚੱਕ ਕੇ। ਗੱਲ ਤਾਂ ਇਹੀ ਆ, ਸੜਾ ਝੋਲਾ ਲੈ ਕੇ ਹਰੇਕ ਵਾਰੀ ਆ ਜਾਂਦੀ ਆ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੋਈ ਇੰਨਾ ਵੀ ਬੰਦਾ ਪੈਸਿਆਂ ਦਾ ਭੁੱਖਾ ਹੁੰਦਾ ਹੈਗਾ। ਰੱਖੜੀਆਂ ਵੇਲੇ ਇਹਨੂੰ ਸਾਰੇ ਦਿਖ ਜਾਂਦੇ ਨੇ, ਊਂ ਇਹਨੂੰ ਕੋਈ ਦਿਖਦਾ ਨਹੀਂ। ਚੱਲ ਕੋਈ ਨਾ, ਫਿਰ ਹੁਣ ਬਦਲ ਲਾ ਕੱਪੜੇ, ਆਪਾਂ ਕੱਲ੍ਹ ਨੂੰ ਜਾ ਆਵਾਂਗੇ। ਆ ਜਾਂਦੇ ਭੂਆ ਨੂੰ ਅੱਜ। ਕੱਪੜੇ ਤਾਂ ਬਦਲਣੇ ਪੈਣਗੇ, ਨਾਲੇ ਆਪਦੀ ਮਾਂ ਨਾਲ ਗੱਲ ਕਰ ਲਓ, ਮਾੜੀ ਮੋਟੀ ਸਮਝਾ ਦਿਓ ਉਹਨਾਂ ਨੂੰ। ਅੱਗੇ ਦੇ ਅੱਗੇ ਇੰਨੇ ਸਕੀਰੀਆਂ ਨਹੀਂ ਪੂਰੀ ਦੀਆਂ ਹੁੰਦੀਆਂ, ਆਪਦੇ ਘਰ ਵੀ ਦੇਖੀਦਾ ਹੁੰਦਾ, ਆਪਾਂ ਕਿਹਨੂੰ ਕਿਹਨੂੰ ਦੇਵਾਂਗੇ। ਨਾਲੇ ਤਾਂ ਆਪਾਂ ਕੁੜੀ ਨੂੰ ਇੰਨਾ ਕੁਛ ਦਿੰਦੇ ਹਾਂ, ਅਤੇ ਅੱਗੇ ਫਿਰ ਇਹ ਮੈਡਮ ਜੀ ਜਿਵੇਂ ਕੱਲ੍ਹ ਦੀ ਜਵਾਨ ਹੁੰਦੀ ਹੈ, ਇਹਦਾ ਵਿਆਹ ਹੁਣ ਹੋਇਆ ਹੁੰਦਾ, ਤਿਉਹਾਰ ਤਾਂ ਇਹਦੇ ਐਂ ਮਨਾਉਂਦੇ ਨੇ। ਉਹ ਕੋਈ ਨਹੀਂ ਕੋਈ ਨਹੀਂ, ਮੈਂ ਮਾਂ ਨਾਲ ਕਰਦਾ ਗੱਲ, ਇਹ ਤਾਂ ਝਮਣਾ ਰੱਖੀਏ। ਮਾਂ ਕੀ ਕਰਦੀ ਸੀ? ਕੁਛ ਨੀ ਪੁੱਤ, ਦੋ ਚਾਲੇ ਭਾਂਡੇ ਪਏ ਤੀ ਉਹ ਮਾਂਜ ਕੇ ਹਟੀ ਆ। ਉਹ ਪੁੱਤ ਮੈਂ ਤਾਂ ਐਂ ਕਹਿੰਦੀ ਸੀਗੀ ਤੇਰੀ ਭੂਆ ਆ ਰਹੀ ਆ, ਕੁਛ ਖਾਣ ਨੂੰ ਫੜ ਲਿਆਉਂਦਾ। ਕਿਉਂ ਫੜ ਲਿਆ ਮੈਂ ਖਾਣ ਨੂੰ? ਨਾ ਭੂਆ ਵਾਲੇ ਕੀ ਕਰਨਗੇ ਪਹਿਲਾਂ ਤਾਂ ਦੱਸ, ਜਦੋਂ ਤੈਨੂੰ ਚੰਗਾ ਭਲਾ ਪਤਾ ਹੈ ਵੀ ਮੈਂ ਤੇ ਪ੍ਰੀਤ ਜਾ ਰਿਹਾ ਉਹਦੇ ਪੇਕੇ ਹੈ ਰੱਖੜੀ ਬੰਨਣ, ਭੂਆ ਨੂੰ ਆਉਣ ਦੀ ਕੀ ਲੋੜ ਸੀ ਉਰੇ? ਜੇ ਭੂਆ ਤੇਰੇ ਕੋਲ ਫੋਨ ਆ ਵੀ ਗਿਆ ਤੂੰ ਜਵਾਬ ਦੇ ਦੇ। ਪੁੱਤ ਆਏ ਨੀ ਕਿਸੇ ਧੀ ਨੂੰ ਜਵਾਬ ਦੇ ਹੁੰਦਾ ਹੁੰਦਾ, ਉਹਨੇ ਤਾਂ ਮੈਨੂੰ ਬਸ ਚੜ੍ਹਨ ਲੱਗੀ ਨੇ ਫੋਨ ਕਰਿਆ, ਜੇ ਪਹਿਲਾਂ ਕਰ ਦਿੰਦੀ ਚੱਲ ਮੈਂ ਉਹਨੂੰ ਟਾਲ ਵੀ ਦਿੰਦੀ। ਉਹ ਮਾਂ ਹਜੇ ਧੀ ਉਹ ਕਾਹਦੀ ਰਹਿ ਗਈ, ਧੀ ਦਾ ਲਾਪ੍ਰੀਤ ਹੈ, ਉਹ ਕਿੱਥੋਂ ਧੀ ਬਣ ਗਈ ਤੇਰੀ? ਨਾ ਪੂਰੀ ਗੱਲਾਂ ਕਰੀ ਨੀ ਤਾਂ ਆਏ ਨੀ ਕਹੀਦਾ ਹੁੰਦਾ ਹੈਗਾ, ਪਤਾ ਵੀ ਉਹ ਕਿੰਨੀ ਚੰਗੀ ਆ ਤੇਰੀ ਭੂਆ। ਉਹ ਜਾਣਦਾ ਮਾਂ ਉਹ ਕਿੰਨੀ ਕੁ ਚੰਗੀ ਆ, ਨਾ ਜਦੋਂ ਮੈਂ ਤੇ ਪ੍ਰੀਤ ਉੱਥੇ ਜਾਂਦੇ ਹੁੰਦੇ ਆ ਸਾਡੀ ਤਾਂ ਉੱਥੇ ਕੋਈ ਜਾਤ ਨਹੀਂ ਪੁੱਛਦਾ ਹੈਗਾ, ਆ ਫੋਕੀ ਚਾਹ ਲੈ ਕੇ ਮੂਹਰੇ ਧਰ ਦਿੰਦੇ ਨੇ, ਤੂੰ ਕਹੀ ਜਾਂਦੇ ਕਿ ਖਾਣ ਨੂੰ ਫੜ ਲੈ ਉਹਨਾਂ ਵਾਸਤੇ ਕੁਛ। ਉਹ ਤਾਂ ਉਹਨਾਂ ਤੋਂ ਤਾਂ ਕੀ ਲੈਣਾ, ਉਹ ਜਿਹੋ ਜਿਹੇ ਹੈਗੇ ਨੇ ਤੈਂ ਵੀ ਉਹਨਾਂ ਵਰਗਾ ਬਣਨਾ ਹੈ। ਪਰ ਤੇਰੀ ਭੂਆ ਇੰਨੀ ਚੰਗੀ ਆ ਨਾ, ਇੱਕ ਵਾਰ ਕਹੇ ਤੇ ਬਸੀਤ ਆਪਣੇ ਨੌ ਕਰਾਤੀ ਦੀ ਜ਼ਮੀਨ ਕੁਛ ਨਹੀਂ ਲੈ ਕੇ ਗਈ ਹੈਗੀ ਪੰਡਾ ਕੇ ਉਹ। ਚੱਲ ਪੁੱਤ ਗੁੱਸਾ ਮਾਰ ਹੁਣ, ਜਾ ਕੁਛ ਫੜ ਲਿਆ, ਆਉਣੇ ਵਾਲੀ ਹੋਊਗੀ ਖਾਣ ਨੂੰ। ਨਾ ਮਾਂ ਮੈਂ ਨਹੀਂ ਕਿਤੇ ਜਾਂਦਾ ਹੈਗਾ, ਨਾਲ ਜਿਹੜੀ ਤੂੰ ਬਸੀਤ ਦੀ ਗੱਲ ਕਰਦੀ ਨਾ, ਨਾ ਕੁੜੀਆਂ ਕਦੋਂ ਆਪਦਾ ਹਿੱਸਾ ਬਣਾ ਕੇ ਲੈ ਕੇ ਜਾਂਦੀਆਂ ਹੁੰਦੀਆਂ ਨੇ, ਓਏ ਉਹ ਤਾਂ ਮੁੰਡਿਆਂ ਵਾਲਿਆਂ ਦੀ ਹੁੰਦਾ, ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦੀਆਂ ਉਹਦੇ ਪੱਖ ਦੀਆਂ। ਪੁੱਤ ਬਥੇਰੀਆਂ ਹੁੰਦੀਆਂ ਨੇ ਜਿਹੜੀਆਂ ਵੰਡਾ ਕੇ ਲੈ ਜਾਂਦੀਆਂ ਨੇ। ਮੈਨੂੰ ਨਹੀਂ ਪਤਾ ਮਾਂ ਭੂਆ ਆਵੇ ਚਾਹੇ ਨਾ ਆਵੇ, ਪਹਿਲੀ ਗੱਲ ਤਾਂ ਭੂਆ ਜਦੋਂ ਆਊ ਨਾ ਮੈਂ ਤੁਹਾਨੂੰ ਸਾਫ਼ ਨਾ ਕਰ ਦੂੰਗਾ ਵੀ ਮੈਂ ਰੱਖੜੀ ਰੁਖੜੀ ਬਣਾਉਂਦਾ ਹੈਗਾ। ਨਾ ਪੁੱਤ ਇਹੋ ਜਿਹੀ ਗੱਲ ਨਾ ਕਰੀ। ਪਰ ਹੋਰ ਕੀ ਕਰਾਂ ਮਾਂ, ਸਾਡੇ ਅਸੀਂ ਜਾਣ ਦੀ ਤਿਆਰੀ ਸਾਡੀ, ਉਹ ਦੇਖ ਲਾ ਪ੍ਰੀਤ ਵਿਚਾਰੀ ਕੱਪੜੇ ਵੀ ਪਾਈ ਬੈਠੀ ਸੀਗੀ, ਉਹ ਲਹਾਤੇ ਕੱਪੜੇ ਉਹਦੇ ਮੈਂ। ਚੱਲ ਕੋਈ ਗੱਲ ਨੀ, ਉਹਦੇ ਨਾਲ ਮੈਂ ਗੱਲ ਤਾਂ ਕਰ ਲਈ, ਕੱਲ ਨੂੰ ਚਲੇ ਜਾਇਓ ਸਵੇਰੇ ਸਾਜਰੇ, ਚਲ ਜਾਇਓ ਰਾਤ ਰਿਹਾਇਓ ਕੱਲ ਨੂੰ ਕੋਈ ਆ। ਸਲਾਹ ਤਾਂ ਸੀ ਨਾ ਜਾਣ ਦੀ, ਕੱਲ ਨੂੰ ਸਾਡੀ ਹੋਰ ਵੀ ਕਿਤੇ ਜਾਣ ਦੀ ਪਲੈਨਿੰਗ ਹੋ ਸਕਦੀ ਆ। ਚੱਲ ਕੋਈ ਗੱਲ ਨੀ ਪੁੱਤ, ਆਏ ਨੀ ਕਰੀਦਾ ਹੁੰਦਾ, ਘਰ ਦੀ ਧੀ ਆ, ਆਏ ਨੀ ਉਹਦੇ ਤੇ ਗੁੱਸਾ ਦਿਖਾਈ ਕਿਤੇ ਆਏ ਆਉਂਦੀ ਨੂੰ ਬੋਲਣ ਲੱਗ ਜਾ। ਮੇਰੀ ਗੱਲ ਸੁਣ ਲੈ, ਚਾਹ ਕਰਕੇ ਦੇ ਦੀ, ਆ ਘਰੇ ਕੁਛ ਪੈਹੋ ਖਾਣ ਨੂੰ ਤਾਂ ਦੇ ਦੀ, ਜੇ ਨਹੀਂ ਹੈਗਾ ਤਾਂ ਲੋੜ ਵੀ ਨਹੀਂ ਹੈਗੀ, ਮੈਂ ਨਹੀਂ ਜ਼ਿਆਦਾ ਪਰ ਦੁਕਾਨ ਤੋਂ ਕਿਤੇ ਲੈਣਾ। ਦੱਸ ਇਹਨੂੰ ਮੁੰਡੇ ਨੂੰ ਕੀ ਹੋਇਆ? ਪ੍ਰੀਤਾ ਆ ਜਾ ਭੈਣੇ। ਕੀ ਕਰਦੀ ਆ ਕੁੜੀ? ਕੁਛ ਨੀ, ਕੰਮ ਕਰਕੇ ਕੱਪੜੇ ਜੇ ਪਏ ਸੀ। ਬਾਹਲੀ ਕੱਪੜੇ ਜੇ ਖਿਲਾਰੀ ਬੈਠੀ ਤੂੰ ਤਾਂ। ਹੋਰ ਕੱਪੜੇ ਕਿਹੜਾ ਘੱਟ ਹੁੰਦੇ ਨੇ ਗਰਮੀ ਚ, ਤੈਨੂੰ ਪਤਾ ਹੀ ਆ ਇੰਨੇ ਉਤਾਰਦੇ ਨੇ। ਹੋਰ ਕਰ ਲਿਆ ਮੈਂ, ਚੱਲ ਤੈਅ ਕਰ ਦਿੰਦੀ ਆ, ਕੰਮ ਤਾਂ ਸਾਰੇ ਨਿਬੇੜਤੇ ਸੀਗੇ। ਅੱਛਾ ਹੋਰ ਤੂੰ ਨਿਬੇੜਿਆ ਹੀ ਕੰਮ? ਮੈਂ ਤਾਂ ਘਰੇ ਆਈ, ਬੜੇ ਦਿਨਾਂ ਬਾਅਦ ਗੇੜਾ ਮਾਰਿਆ ਅੱਜ। ਨਹੀਂ ਕੰਮੇ ਦੀ ਲੋਟ ਆਉਂਦੇ ਹੈਗੇ, ਅੱਜ ਛੇਤੀ ਨਿਬੜ ਗਏ ਸੀ ਕੰਮ, ਮਾਂ ਚੱਲ ਪ੍ਰੀਤ ਕੋਲ ਗੇੜਾ ਮਾਰਿਆ ਮਾਂ। ਅੱਛਾ ਹਾਂ, ਕੁਛ ਆ ਰੱਖੜੀਆਂ ਕਰਕੇ ਤੈਨੂੰ ਪਤਾ ਹੈ ਹਨਾ। ਹੋਰ ਆ ਬੰਨੇ ਹੀ ਤੂੰ ਰੱਖੜੀਆਂ? ਮੈਂ ਤਾਂ ਬੰਨੇ ਹੀ ਰੱਖੜੀ।
ਤੂੰ ਚੱਲ ਵਧੀਆ ਟਾਈਮ ਨਾਲ ਕੰਮ ਨਿਬੜ ਗਈ। ਮੈਂ ਤੜੀ ਅੱਜ ਜਾਣਾ ਸੀਗਾ। ਅੱਛਾ ਗਈ ਕਾਤੋਂ ਨਹੀਂ ਫਿਰ? ਕੀ ਦੱਸਾਂ ਤੈਨੂੰ, ਪੁੱਛਣਾ ਭੂਆ ਨੇ ਆਉਣੇ ਸਾਡੀ ਨੇ ਮਾਨਸਾਲੀ ਨੇ। ਅੱਛਾ ਭੂਆ ਨੇ? ਆਹੋ ਨਾ ਉਹ ਕੀ ਕਰਨਾ ਹੋਊਗੀ ਹੁਣ ਬੁੜੀ ਹੋ ਕੇ, ਹਜੇ ਵੀ ਰੱਖੜੀ ਬੰਨੀ ਜਾਂਦੀ ਆ ਹਨਾ ਉਹ। ਕੀ ਦੱਸਾਂ ਤੈਨੂੰ, ਚੰਗਾ ਭਲਾ ਮੇਰਾ ਪਲਾਨ ਬਣਿਆ ਹੋਇਆ ਸੀ। ਮੇਰੇ ਭਾਈ ਦਾ ਫੋਨ ਆਇਆ, ਕਹਿੰਦਾ ਅੱਜ ਮੈਨੂੰ ਛੁੱਟੀ ਆ ਬਈ ਰੱਖੜੀ ਬੰਨ ਜਾ। ਤੇ ਮੰਮੀ ਕਹਿੰਦੀ ਮੇਰੇ ਕੋਲ ਫੋਨ ਆਇਆ ਤੇਰੀ ਭੂਆ ਦਾ ਵੀ ਉਹ ਆਊਗੀ, ਤੂੰ ਫੇਰ ਵਗ ਜੀ ਅੱਗੇ ਪਿੱਛੇ। ਵੀ ਚੰਗੀ ਗੱਲ ਹੈਗੀ ਕੋਈ, ਉਹਦੀ ਰੱਖੜੀ ਜ਼ਿਆਦਾ ਜ਼ਰੂਰੀ ਹੋ ਗਈ। ਨਹੀਂ ਸਹੀ ਗੱਲ ਆ, ਹੁਣ ਉਹਦਾ ਕੀ ਹੱਕ ਬਣਦਾ ਵੀ ਰੱਖੜੀ ਬੰਨਣ ਦਾ? ਆਪਦੀਆਂ ਨੰਦਾਂ ਹੀ ਪੂਰੀਆਂ ਜਾਣ, ਉਹੀ ਬਥੇਰਾ ਬਹੁਤ ਹੁੰਦਾ। ਗੱਲ ਤਾਂ ਇਹੀ ਅੜੀਏ ਵੀ ਇਹਨਾਂ ਨੂੰ ਇਹ ਘਰ ਖਵਾਈ ਜਾਓ ਬਸ, ਹਨਾ। ਸਹੀ ਗੱਲ ਹੈ। ਹਾਂ ਕਿੰਨਾ ਕੁ ਟਾਈਮ ਬੰਦਾ ਖਵਾਈ ਜਾਵੇ, ਉਮਰ ਵੀ ਤਾਂ ਦੇਖ ਲੈ ਕਿੰਨੀ ਹੋ ਰਹੀ ਹੈ ਉਹਦੀ। ਹੋਰ ਵਾਧੂ ਦੇਤੇ ਉਹਨੂੰ ਸੰਧਾਰੇ ਪਹਿਲਾਂ ਜਿੰਨੀ ਦੇਣੀ ਸੀ। ਸਾਰੀ ਉਮਰ ਰੱਖੜੀ ਬੰਨੀ ਜਾਊਗੀ ਹੁਣ ਉਹ। ਆਹੋ ਇੰਨਾ ਨਹੀਂ ਹੁੰਦਾ ਬਈ, ਗੱਲ ਸਮਝਾਉਣ ਦੀ ਹੁੰਦੀ, ਦਿਲ ਤਾਂ ਸਮਝਾਉਣੀ ਪੈਂਦਾ। ਨਹੀਂ ਫਿਰ ਤੂੰ ਵਗ ਜਾਂਦੀ ਆ ਕੇ ਮੁੜ ਜਾਂਦੀ ਆਪੇ। ਮੈਂ ਤਾਂ ਜਾਂਦੀ ਤੇੜੀ ਹੈ, ਹੁਣ ਉੱਪਰ ਦੀ ਹੋ ਕੇ ਥੋੜੀ ਆ ਜਾਂਦਾ ਹੁੰਦਾ, ਹੁਣ ਤੇਰੀ ਸੱਸ ਵਰਗੀ ਥੋੜੀ ਇਹਨੇ ਸਾਰੀਆਂ ਸੱਸਾਂ। ਮੈਂ ਤਾਂ ਕਹਿ ਰੱਖਿਆ ਭਾਈ ਆਪਦੀ ਨੰਦ ਪੂਰੀ ਜਾਵੇ, ਉਹੀ ਬਥੇਰਾ ਮੈਥੋਂ ਨਹੀਂ ਉਹ ਬੰਨੀ ਬੁੰਨੀ ਜਾਂਦੀ ਹੈਗੀ ਰੱਖੜੀਆਂ ਉਹਦੇ। ਸਹੀ ਗੱਲ ਹੈ ਭੈਣੇ, ਅੱਜ ਕੱਲ੍ਹ ਦੇ ਜ਼ਮਾਨੇ 'ਚ ਮਹਿੰਗਾਈ ਵੀ ਤਾਂ ਦੇਖ ਲੈ ਕਿੰਨੀ ਹੈ। ਹਾਂ ਉਰੇ ਆਪਦੇ ਨਹੀਂ ਖਰਚੇ ਲੋਟ ਆਉਂਦੇ, ਆ ਜਾਂਦੀ ਸੜਾਇਆ ਝੋਲਾ ਚੱਕ ਕੇ। ਨਹੀਂ ਭੈਣੇ ਉਹ ਤਾਂ ਤੁਸੀਂ ਚਮੜਾ ਰੱਖੀ ਹੈ, ਆ ਸਾਡੇ ਲਈ ਭੂਆ ਦੇਖ ਲੈ ਕਦੇ ਵੀ ਨਹੀਂ ਆਈ ਹੈਗੀ। ਮੈਂ ਤਾਂ ਉਈ ਨਹੀਂ ਬਣਨ ਦਿੰਦੀ ਹੈਗੀ ਉਹਨੂੰ, ਮੈਂ ਤਾਂ ਤੈਨੂੰ ਦੱਸਦੀ ਹਾਂ ਉਹ ਤਾਂ ਪੈਸਿਆਂ ਦੀ ਮਾਰੀ ਆਉਂਦੀ ਹੈ ਵੀ 400-500 ਬਣ ਜੂਗਾ ਮੈਨੂੰ। ਨਹੀਂ 400-500 ਤੋਂ ਘੱਟ ਕਾਹਨੂੰ, ਸਾਡੇ ਵਾਲੀ ਮੇਰੀ ਤਾਂ ਸੱਸ 1000 ਤੋਂ ਘੱਟ ਗੱਲੇ ਨਹੀਂ ਕਰਦੀ। ਫੇਰ ਤਾਂ ਹੀ ਤਾਂ ਉਹ ਆਉਂਦੀ ਹੈਗੀ, ਨਹੀਂ ਤੇਰੇ ਵਾਲੀ ਸੱਸ ਤਾਪ ਜਾਂਦੀ ਹੈ, ਇਹਨੂੰ ਨਹੀਂ ਸ਼ਰਮ ਆਉਂਦੀ ਹੈਗੀ, ਐਡੀ ਬੁੜੀ ਹੋ ਰਹੀ ਆ ਹੁਣ, ਤਾਂ ਹੀ ਉਹਨੂੰ ਬੁਲਾਉਂਦੀ ਆ ਇਹ। ਗੱਲ ਤਾਂ ਇਹੀ ਹੈ ਬਈ। ਹਾਂ ਇਹਨੂੰ ਕੀ ਸ਼ਰਮ ਨਹੀਂ ਆਉਂਦੀ ਹੈਗੀ ਵੀ ਹੁਣ ਮੇਰਾ ਕੀ ਹੱਕ ਬਣਦਾ, ਤਾਂ ਹੀ ਉਹ ਆਉਂਦੀ ਆ ਫਿਰ ਵਾਰ ਵਾਰ। ਚੱਲ ਬਈ ਕੋਈ ਨਾ, ਖਵਾਉਂਦੇ ਨੇ ਖਵਾਈ ਜਾਣਦੇ ਘਰ, ਬਾਅਦ ਚ ਲੱਗੂ ਇਹਨਾਂ ਨੂੰ ਪਤਾ। ਆਹੋ ਜਦੋਂ ਘਰ ਹੁਣ ਕਦੇ ਉਰੇ ਆ ਕੇ ਨਹੀਂ ਖੜੀ ਹੈਗੀ, ਦੁੱਖ ਸੁੱਖ ਚ ਸਾਡੇ ਕਦੇ ਕਦੇ ਆ ਕੇ ਪਤਾ ਨਹੀਂ ਲਿਆ। ਹਾਂ ਤਾਂ ਹੀ ਤਾਂ ਕਹਿੰਦੀ ਆ ਵੀ ਕਦੇ ਦੇਖੀਏ ਕਿਉਂ ਆਈ, ਅਜੇ ਰੱਖੜੀਆਂ ਜੀ ਹੁੰਦੀਆਂ ਉਹ ਚੱਕ ਕੇ ਬੁੱਥਾ ਆਜੂਗੀ ਇੱਥੇ। ਨਹੀਂ ਇਹ ਵੀ ਨਹੀਂ ਵੀ ਰੱਖੜੀ ਮਾੜੀ ਮੋਟੀ ਮਹਿੰਗੀ ਲਿਆਵਾਂ, ਆ ਸੜਾ ਜਿਹਾ ਤੱਗ ਜਿਹਾ ਚੱਕ ਲਿਆਉਂਦੀ ਹੈਗੀ 10 ਰੁਪਏ ਵਾਲੀ ਰੱਖੜੀ। ਅੱਜ ਕੱਲ੍ਹ ਚਾਂਦੀ ਦੀ ਰੱਖੜੀ ਦਾ ਰਿਵਾਜ਼ ਹੈ ਬਈ, ਚਾਂਦੀ ਦੀ ਰੱਖੜੀ ਮੰਨਦੇ ਨੇ। ਚਾਂਦੀ ਦੀ ਰੱਖੜੀ ਬੰਨ ਕੇ ਜਾਂਦਾ ਸਵਾਦ ਤਾਂ ਫੇਰ ਆਉਂਦਾ, ਮਾੜਾ ਮੋਟਾ ਮੁੱਲ ਵੀ ਪਵੇ ਰੱਖੜੀ ਦਾ। ਹਾਂ ਆਜੂ ਤੇ 20 ਰੁਪਏ ਵਾਲੀ ਰੱਖੜੀ ਚੱਕ ਕੇ ਵੀ ਬਸ ਨਾਮ ਜਿਹਾ ਕਰ ਦਿੰਦੀ ਹੈ ਘੇਰਾ। ਨਹੀਂ ਜਾਣ ਕੇ ਭੁੱਖੀ ਤਾਂ ਪੈਸਿਆਂ ਦੀ ਹੈਗੀ, ਇੱਕ ਆਹ ਜੈ ਖਾਣੇ ਦੇ ਆਧਾਰ ਕਾਰਡ ਚਲਾ ਰੱਖੇ ਨੇ, ਜਿਹਦੇ ਜੀ ਕਰਦਾ ਹੈ ਮੁਫਤ 'ਚ ਚੜ ਕੇ ਵਗ ਜਾਂਦੀ ਉੱਧਰ। ਹਾਂ ਕੁੜੇ 20 ਰੁਪਏ ਵਾਲੀ ਰੱਖੜੀ ਲਿਆ ਕੇ ਆਧਾਰ ਕਾਰਡ ਵਾਲੀ ਬੱਸ 'ਤੇ ਚੜ ਕੇ ਆ ਜਾਂਦੀ ਹੈਗੀ, 1000 ਰੁਪਏ ਲੈ ਜਾਂਦੀ ਹੈ ਵੱਟ ਕੇ, ਉਹਦਾ ਕਿਹੜਾ ਕਿਰਾਇਆ ਕਰੂਆ ਲੱਗਦਾ ਗਾ। ਹੋਰ ਕੀ ਕਰੀਏ ਭੈਣੇ, ਕੋਈ ਨਹੀਂ ਸੁਣਦਾ ਉਰੇ ਤਾਂ, ਜਿਵੇਂ ਚੱਲਦੇ ਨੇ ਚੱਲੀ ਜਾਂਦੇ, ਕੋਈ ਨਾ। ਹੋਰ ਦੱਸ ਚਾਹ ਬਣਾ ਕੇ ਲਿਆਵਾਂ? ਨਾ ਨਾ ਚਾਹ ਤਾਂ ਮੈਂ ਪੀਂਦੀ ਨਹੀਂ ਹੈਗੀ, ਤੂੰ ਫਿਰ ਕੱਲ੍ਹ ਨੂੰ ਜਾਵੇਂਗੀ ਹੁਣ? ਦੇਖਦੀ ਹਾਂ ਹੁਣ ਤਾਂ ਕੱਲ੍ਹ ਨੂੰ ਹੀ ਜਾਣਾ ਪਊਗਾ, ਅੱਜ ਤਾਂ ਮੇਰੇ ਭਾਈ ਨੂੰ ਛੁੱਟੀ ਦੀ ਅੜੀਏ। ਤੇ ਲਵਪ੍ਰੀਤ ਤਾਂ ਕਦੋਂ ਆਊਗੀ? ਉਹਨੇ ਨਹੀਂ ਕਰਿਆ ਫੋਨ ਫੂਨ? ਦੇਖ ਲੈ ਜਿਹੜੀ ਮੇਨ ਕੁੜੀ, ਉਹਨੇ ਹਜੇ ਤੱਕ ਫੋਨ ਨਹੀਂ ਕਰਿਆ। ਹਾਂ ਅਸੀਂ ਤਾਂ ਕਹਿੰਦੇ ਵੀ ਕਦੋਂ ਆਊਗੀ, ਇੱਥੋਂ ਪਤਾ ਲੱਗਦੀ ਹੁੰਦੀ ਹੈ ਭੁੱਖ ਤਾਂ ਬਈ। ਸਹੀ ਗੱਲ ਹੈ, ਚੱਲ ਕੋਈ ਨਾ ਲਵਪ੍ਰੀਤ ਨੂੰ ਫੋਨ ਕਰਕੇ ਬੁਲਾ ਲਈਓ ਭਾਈ, ਉਹ ਤਾਂ ਤੇਰੀ ਨੰਦ ਹੈ ਕਰਵਾਉਣੀ ਆ ਮੈਂ ਫੋਨ। ਹੱਕ ਵੀ ਬਣਦਾ ਚੱਲ ਹਲੇ। ਹੋਰ ਫਿਰ ਤੈਨੂੰ ਪਤਾ ਕਹਿੰਦੇ ਹੁੰਦੇ ਨੇ ਵੀ ਪੰਚਕਾਂ ਨੇ ਗੀਆਂ ਫਿਰ ਰੱਖੜੀਆਂ ਬੰਨਣੀਆਂ ਨਹੀਂ, ਕੱਲ ਨੂੰ ਬਣ ਜੂਗੀ ਆ ਕੇ। ਚੱਲ ਚੰਗਾ ਚੱਲ ਚੰਗਾ, ਮੈਂ ਤਾਂ ਜਾਣੀ ਆ ਭੈਣੇ। ਬਹਿ ਜਾ ਹੱਥ ਲਾਉਣ ਆਈ ਦੀ, ਕਿੰਨਾ ਟਾਈਮ ਤਾਂ ਹੋ ਗਿਆ ਗੱਲਾਂ ਕਰਦੀਆਂ ਨੂੰ, ਹੁਣ ਜਾਣੀ ਆ। ਕਿੰਨਾ ਕਿੰਨਾ ਕੁ ਟਾਈਮ ਹੋ ਗਿਆ? ਘਰੇ ਕੋਈ ਨਹੀਂ ਹੈਗਾ ਸਾਡੇ। ਚੰਗਾ ਮਾਰ ਜਾ ਕਰ ਗੇੜਾ। ਚੰਗਾ ਆ ਜੀ ਨਾਲੇ ਉਹਨੂੰ ਮਿਲ ਜੀ ਭੂਆ ਨੂੰ। ਆਉਂਗੀ ਦੇਖੂੰਗੀ। ਆਹੋ ਚੰਗਾ ਚੰਗਾ। ਬਾਵੇ ਪੁੱਤ ਤੇਰੀ ਭੂਆ ਦਾ ਫੋਨ ਆਇਆ, ਜਾਨੂੰ ਅੱਡੇ ਤੋਂ ਬਿਠਾਈ ਲਿਆ। ਮਾਂ ਮੈਂ ਇੱਥੋਂ ਨਹੀਂ ਜਾ ਜਾਂਦਾ, ਮੈਂ ਵਿਹਲਾ ਥੋੜੀ ਆ, ਆ ਦੇ ਲੈ ਤੇਰੇ ਸਾਹਮਣੇ ਗੱਡੀ ਤਾਂ ਸਾਫ ਕਰਨ ਲੱਗਿਆ ਪਿਆ ਮੈਂ। ਕੋਈ ਗੱਲ ਨਹੀਂ ਪੁੱਤ, ਆ ਕੇ ਕਰ ਲਈ ਸਾਫ, ਜੇ ਭੂਆ ਨੂੰ ਬਿਠਾ ਲਿਆ ਉਹਦੀ ਲੱਤ ਦੁਖਦੀ ਆ ਤਾਂ ਤੁਰ ਨਹੀਂ ਹੁੰਦਾ ਹੈਗਾ। ਮਾਂ ਜਦੋਂ ਤੋਂ ਤੁਰੇ ਨਹੀਂ ਜਾਂਦਾ ਹੈਗਾ, ਉਹ ਪਿੰਡੋਂ ਐਡੀ ਦੂਰ ਕਰਨ ਕਿਉਂ ਆਉਂਦੀ ਆ, ਉਹ ਤੋਂ ਘਰੇ ਨਹੀਂ ਨਿਚਲੀ ਤੋਂ ਟਿੱਕੇ ਬੈਠਾ ਜਾਂਦਾ।
ਤੁਸੀਂ ਤਾਂ ਬਸ ਇੱਕੋ ਗੱਲ ਦੇ ਬਾਤ ਪਏ ਪਏ ਹੋ। ਜੇ ਨਹੀਂ ਜਾ ਹੁੰਦਾ ਮੈਂ ਆਪੇ ਚਲੇ ਜਾਂਦੀ ਹਾਂ। ਤੂੰ ਆਪ ਹੀ ਵਗ ਜਾਵਾਂ ਜੇ ਭੂਆ ਤੈਨੂੰ ਜ਼ਿਆਦਾ ਹੀ ਜਾਂਦਾ। ਮੈਂ ਤਾਂ ਤੇਰੇ ਸਾਹਮਣੇ ਆ ਦੇਖ ਲਾ ਗੱਡੀ ਸਾਫ਼ ਕਰੀ ਇਹਨਾਂ ਕੰਮ ਕਰਦਾ ਮੈਂ ਤਾਂ ਵਗ ਜਾ। ਕੋਈ ਗੱਲ ਨਹੀਂ ਮੈਂ ਲੈ ਆਉਂਦੀ ਹਾਂ ਆਪੇ ਜਾ ਕੇ। ਬਹਿ ਜਾ ਅੰਦਰ ਜਾ ਕੇ ਤੂੰ। ਮੈਨੂੰ ਐਂ ਹੈਰਾਨੀ ਆਉਂਦੀ ਆ ਵੀ ਇਹਨੂੰ ਐਡਾ ਭੂਆ ਦਾ ਕੀ ਔੜਕਾ ਮਾਰ ਗਿਆ। ਮੈਂ ਤਾਂ ਥੱਕ ਗਈ। ਕੀ ਗੱਲ ਮੁੰਡਾ ਕਾਹਤੋਂ ਨਹੀਂ ਆਇਆ? ਇਹ ਮੁੰਡਾ ਤਾਂ ਭੈਣ ਥੋੜਾ ਸਿਰ ਜਿਹਾ ਦੁਖਦਾ, ਬਿਮਾਰ ਆ। ਮੈਂ ਤਾਂ ਉਹਨੂੰ ਕਿਹਾ ਹੀ ਨਹੀਂ। ਮੈਂ ਚੱਲ ਮੈਂ ਦੇਖਦੀ ਹਾਂ ਕਿਸੇ ਨੂੰ ਗਲੀ 'ਚ ਲੈ ਜਾਂਦੀ ਹਾਂ, ਲਿਆਉਂਦੀ ਹਾਂ, ਬਿਠਾ ਲਿਆਉਂਦੀ ਹਾਂ ਮੋਟਰਸਾਈਕਲ 'ਤੇ। ਓਹੋ, ਤੂੰ ਕਾਹਨੂੰ ਆਉਣਾ ਸੀ? ਨਾਲੇ ਤਾਂ ਤੂੰ ਗਈ ਮੇਰੇ ਕੋਲੇ, ਹੈ ਨਾ? ਹੁਣ ਤੂੰ ਆਈ ਆ, ਤੂੰ ਤਾਂ ਐਵੇਂ ਥੱਕ ਗਈ। ਮੈਂ ਤਾਂ ਥੱਕਣ ਵਾਲੀ ਥੱਕ ਜਾਂਦੀ, ਤੂੰ ਤਾਂ ਨਾ ਥੱਕਦੀ। ਚੱਲ ਕੋਈ ਗੱਲ ਨਹੀਂ, ਮੈਨੂੰ ਤਾਂ ਆਪ ਚਾਓ ਆ ਵੀ ਤੂੰ ਆ ਗਈ, ਹੈ ਨਾ? ਜਵਾਕ ਤਾਂ ਅੱਜ ਕੱਲ੍ਹ ਦੇ ਇਹੋ ਜਿਹੇ ਨੇਗੇ, ਹੈ ਨਾ? ਨਾ, ਘੱਟ ਹੀ ਲੱਗਦੇ ਆ। ਮੇਰਾ ਮੁੰਡਾ ਤਾਂ ਕੁਛ ਨਹੀਂ ਕਹਿੰਦਾ, ਉਹਦਾ ਤਾਂ ਰਾਤ ਦਾ ਸਿਰ ਬਾਲਾ ਦੁਖੀ ਜਾਂਦਾ। ਮੈਂ ਤਾਂ ਫਿਰ ਛੇੜਿਆ ਹੀ ਨਹੀਂ, ਮੈਂ ਘੜੀ ਨੀਂਦ ਆ ਗਈ ਹੋਣੀ ਆ ਨਿਆਣੇ। ਦਵਾਈ ਦਵੂਈ ਦੇ ਦੇਣੀ ਸੀ ਫਿਰ? ਦਵਾਈ ਤਾਂ ਲੈ ਆਇਆ ਤੀ। ਹੋਰ ਮੈਂ ਰੱਖੜੀਆਂ ਬੰਨੀ ਆਵਾਂ। ਹੋਰ ਵਧੀਆ ਕਰੇ ਆ। ਹੋਰ ਪਹਿਲਾਂ ਠੀਕ ਹੋ ਕੇ, ਹੈ ਨਾ? ਪ੍ਰੀਤ, ਪ੍ਰੀਤ ਪੁੱਤ ਭੂਆ ਨੂੰ ਪਾਣੀ ਲਿਆ ਦੇ। ਸੁੱਤੀ ਪਈ ਆ? ਨਾ, ਸੁੱਤੀ ਕਾਹਨੂੰ, ਅੰਦਰੇ ਸੀਗੀ, ਕੱਪੜੇ ਦੇ ਤਹਿ ਮਾਰਦੀ ਸੀਗੀ। ਮੇਰਾ ਤਾਂ ਠੀਕ ਸੀ। ਤੇਰੇ ਪੇਕੇ ਪਰਿਵਾਰ ਠੀਕ ਹੈ? ਜਾਣਾ ਸੀ ਮੈਂ। ਅੱਛਾ, ਤੁਹਾਡੇ ਕਰਕੇ ਕੈਂਸਲ ਕਰਨਾ ਪੈ ਗਿਆ। ਚੱਲ ਚੰਗਾ ਕੀਤਾ ਪੁੱਤ, ਕੈਂਸਲ ਕਰਤਾ। ਮੈਂ ਆਉਣਾ ਸੀ, ਮੈਂ ਕਿਹੜਾ ਰੋਜ਼ ਆਉਂਦੀ ਹੈਗੀ। ਚੰਗਾ ਤਾਂ ਕਾਹਨੂੰ ਹੋ ਗਿਆ ਭੂਆ ਜੀ, ਮੈਂ ਕਿਹੜਾ ਰੋਜ਼ ਜਾਂਦੀ ਹਾਂ ਪੇਕੇ। ਮੇਰੇ ਭਾਈ ਨੂੰ ਫੋਨ ਕਰਿਆ ਸੀਗਾ, ਉਹਨੂੰ ਛੁੱਟੀ ਸੀ ਅੱਜ। ਫਿਰ ਹੁਣ ਜੇ ਕਦੇ ਜਾਊਂਗੀ ਉਹ ਘਰੇ ਹੋਣਾ ਨਹੀਂ, ਮਿਲਣਾ ਨਹੀਂ, ਫਿਰ ਕੀ ਫਾਇਦਾ ਜਾਣ ਦਾ। ਚਲੋ, ਉਹ ਤਾਂ ਕੋਈ ਗੱਲ ਨਹੀਂ ਬੇਟੇ, ਮਾੜਾ ਵੀ ਕੀ ਹੋ ਗਿਆ ਫਿਰ? ਚੱਲ ਕੋਈ ਗੱਲ ਨਹੀਂ ਭੈਣ ਜੀ, ਤੂੰ ਪਾਣੀ ਪੀ ਲਾ। ਚੱਲ ਪੁੱਤ ਐਂ ਕਰ, ਤੂੰ ਚਾਹ ਬਣਾ ਲਾ ਭੂਆ ਵਾਸਤੇ। ਨਹੀਂ ਪੁੱਤ, ਮੈਂ ਨਹੀਂ ਕਹਿੰਦੀ ਵੀ ਤੂੰ ਕਿਉਂ ਨਹੀਂ ਗਈ ਜਾਂ ਜਾ। ਮੈਂ ਤਾਂ ਐਂ ਕਹਿੰਦੀ ਹਾਂ, ਰੱਖੜੀ ਦਾ ਤਿਉਹਾਰ ਆ, ਹਰ ਇੱਕ ਭੈਣ ਹੀ ਜਾਂਦੀ ਆ ਭਰਾ ਦੇ ਰੱਖੜੀ ਬੰਨਣ। ਮੇਰੇ ਭਰਾ ਹੈ ਨਹੀਂ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੈ? ਠੀਕ ਹੈ। ਕੰਮ ਕੁੰਮ ਵਧੀਆ? ਹਾਂ, ਕੰਮ ਤਾਂ ਵਧੀਆ ਚੱਲਦਾ ਭੂਆ। ਚੱਲ ਚੰਗਾ ਪੁੱਤ, ਸਹੀ ਗੱਲ ਹੈ। ਤੁਹਾਡੇ ਬੰਨਿਓ ਤਾਂ ਮੈਨੂੰ ਠੰਡੀ ਹਵਾ ਆਉਂਦੀ ਆ ਵੀ ਮੇਰਾ ਭਤੀਜਾ ਵਧੀਆ ਕੰਮ ਕਰਦਾ, ਮੇਰੀ ਭਤੀਜ ਨੂੰ ਚੰਗੀ ਆ। ਭਰਾ ਤਾਂ ਮੇਰਾ ਨਹੀਂ ਦੇਖਦਾ ਇਸ ਦੁਨੀਆਂ 'ਤੇ, ਹੈ ਨਹੀਂ ਗਾ। ਤਾਂਹੀਓ ਮੈਂ ਆ ਜਾਂਦੀ ਹਾਂ ਰੱਖੜੀ ਬੰਨਣ ਵੀ ਮੇਰੀ ਭਰਜਾਈ ਤਾਂ ਹੈਗੀ ਆ, ਮੇਰਾ ਭਤੀਜਾ ਹੈਗਾ। ਉਹ ਤਾਂ ਭੂਆ ਤੂੰ ਹੀ ਸੋਚਦੀ ਹੈ, ਨਹੀਂ ਅੱਜ ਕੱਲ੍ਹ ਕੌਣ ਆਉਂਦਾ ਐਡੀ ਉਮਰ 'ਚ ਰੱਖੜੀਆਂ ਬੰਨਣ? ਹਾਂ ਪੁੱਤ, ਜਾਂਦੀਆਂ ਨੇ। ਜਿਹੜੀ ਪੇਕੇ ਵਾਸਤੇ ਸੋਚਦੀਆਂ ਨਾ ਉਹ ਤਾਂ ਜਾਂਦੀਆਂ, ਜਿਹੜੀਆਂ ਕੋਈ ਆਈ ਲੈਣ ਦੇਣ ਵਾਲੀਆਂ ਹੁੰਦੀਆਂ ਉਹ ਨਹੀਂ ਜਾਂਦੀਆਂ। ਅੱਜ ਕੱਲ੍ਹ ਤਾਂ ਭੂਆ ਲੈਣ ਦੇਣ ਵਾਲੀਆਂ ਹੀ ਨੇ, ਰੱਖੜੀ ਰੁਖੜੀ ਨਾਲ ਕਿਸੇ ਨੂੰ ਪਿਆਰ ਨਹੀਂ ਹੈਗਾ, ਸਾਰਿਆਂ ਨੂੰ ਪੈਸਿਆਂ ਤੱਕ ਮਤਲਬ ਹੈ। ਕੋਈ ਨਾ ਪੁੱਤ, ਤੂੰ ਵੀ ਚਲੇ ਜਾਈਂ, ਜਾਂ ਤੂੰ ਚਾਹ ਦੀ ਘੁੱਟ ਬਣਾ ਲਾ। ਨਹੀਂ ਭਾਬੀ, ਹੁਣੇ ਪਾਣੀ ਪੀਤਾ ਗਾ, ਠਹਿਰ ਕੇ ਬਣਾ ਲਈ ਪੁੱਤ। ਹਜੇ ਚਾਹ ਨੂੰ ਕੀ ਆ, ਹਜੇ ਤਾਂ ਮੈਂ ਆ ਕੇ ਬੈਠੀ ਹਾਂ। ਜੇ ਚੱਲ ਚਾਹ ਨਹੀਂ ਪੀਣੀ ਅਜੇ, ਐਂ ਕਰ ਪ੍ਰੀਤ, ਉਹ ਤਾਂ ਠੰਡਾ ਪਿਆ ਹੋਣਾ ਲਿਆ ਕੇ ਇਹਨੇ ਫਰਿੱਜ 'ਚ ਰੱਖਿਆ ਹੋਣਾ ਬਾਬੇ ਨੇ, ਅਤੇ ਉਹ ਭੂਆ ਨੂੰ ਉਹੀ ਦੇ ਦੇਣ ਨੇ। ਨਾ ਨਾ ਮਾਂ, ਮੈਂ ਗਿਆ ਸੀ ਦੁਕਾਨ 'ਤੇ ਲੈਣ, ਦੁਕਾਨ ਬੰਦ ਪਈ ਸੀ। ਉਹ ਨਾਲੇ ਮੈਂ ਸੋਚਿਆ ਉਹ ਠੰਡਾ ਤਾਂ ਉਈ ਮਾੜਾ, ਨਾਲੇ ਭੂਆ ਤਾਂ ਪਹਿਲੀ ਬਜ਼ੁਰਗ ਹੈ, ਜੇ ਨਹੀਂ ਪੀ ਲਿਆ ਕੋਈ ਬਿਮਾਰੀ ਲੱਗ ਜੂ। ਹੋਰ ਤੇਜ਼ਾਬ ਮਿੰਟ 'ਚ ਤਾਂ ਬਣ ਜਾਂਦਾ। ਹਾਂ ਪੁੱਤ, ਠੰਡੇ ਨੂੰ ਕੀ ਹੈ, ਚਾਹ ਹੀ ਵਧੀਆ ਰਹਿੰਦੀ ਹੈ। ਨਾਲੇ ਭੂਆ ਤੂੰ ਆਉਣ ਲੱਗੀ ਮਾੜੀ ਜਿਹੀ, ਇੱਕ ਦੋ ਦਿਨ ਪਹਿਲਾਂ ਫੋਨ ਤਾਂ ਕਰ ਦਿੰਦੀ, ਸਾਡੀ ਵੀ ਜਾਣ ਦੀ ਕਿਤੇ ਤਿਆਰੀ ਸੀਗੀ, ਤੇਰੇ ਪਿੱਛੇ ਅਸੀਂ ਉਹ ਕੈਂਸਲ ਕਰੀਏ। ਕੀਤਾ ਤਾਂ ਹੈਗਾ ਪੁੱਤ ਫੋਨ,
ਚੱਲ ਕੋਈ ਗੱਲ ਨੀ ਪੁੱਤ, ਐਂ ਕਰ ਫਿਰ ਭੈਣ ਤੇ ਰੋਟੀ ਖਾਣੀ ਹੋਣੀ ਆ, ਰੋਟੀ ਤਿਆਰ ਕਰ ਲੈਂਦੇ ਆ। ਰੋਟੀ ਤਾਂ ਭਾਬੀ ਮੈਂ ਖਾ ਕੇ ਤੁਰੀ ਸੀ, ਨਾਲੇ ਰੋਟੀ ਤੋਂ ਬਗੈਰ ਤਾਂ ਮੈਂ ਤੁਰਦੀ ਨਹੀਂ ਹੁੰਦੀ, ਭੁੱਖੇ ਨੂੰ ਨਹੀਂ ਜਾਣਾ ਚਾਹੀਦਾ ਕਿਤੇ। ਲੈ ਪੁੱਤ ਆ ਝੋਲਾ ਜਾਂਦਾ ਰੱਖਿਆ। ਲੈ ਪ੍ਰੀਤ ਤੂੰ ਹੀ ਰੱਖਿਆ, ਨਾਲੇ ਕੇਲੇ ਕੱਢ ਲਈ ਭੂਆ ਲੈ ਕੇ ਆਈ ਹੈ। ਓਹੋ ਕੇਲੇ ਵਾਲਾ ਕੋਈ ਹੈ ਹੀ ਨਹੀਂ ਸੀ ਪੁੱਤ, ਨਹੀਂ ਮੈਂ ਕੇਲੇ ਵੀ ਲਿਆਉਂਦੀ, ਨਾ ਕੋਈ ਮਠਿਆਈ ਵਾਲਾ ਸੀ। ਤੁਹਾਡੇ ਪਿੰਡ 'ਚ ਤਾਂ ਸੱਚੀ ਕੇਲਿਆਂ ਦੇ ਪੈਸੇ ਲੱਗਦੇ ਹੁੰਦੇ ਨੇ, ਪਤਾ ਤੁਹਾਨੂੰ? ਬਾਵੇ ਨਾਲੇ ਤਾਂ ਤੂੰ ਅੱਗੇ ਖਾਂਦਾ ਨਹੀਂ ਪੁੱਤ ਕੇਲੇ, ਕਹਿੰਦਾ ਨਾ ਮੋਟੇ ਹੋ ਜਾਾਂਗੇ ਅਸੀਂ, ਅੱਜ ਤੇਰੇ ਕੇਲੇ ਯਾਦ ਆ ਗਏ। ਇਹ ਬਥੇ ਕੇਲੇ ਤਾਂ ਇਹ ਖਾਂਦੇ ਹੀ ਨਹੀਂ ਹੈਗੇ। ਨਹੀਂ ਭਾਬੀ ਮੈਂ ਬਾਵੇ ਨੂੰ ਪੈਸੇ ਦੇ ਦੂੰਗੀ, ਨਾ ਤਾਂ ਕੇਲੇ ਲਿਆਊਗਾ ਨਾ ਰੱਖੜੀ ਲਿਆਊਗਾ। ਲੈ ਤੇ ਤੂੰ ਪੈਸੇ ਥੋੜੀ ਲਾਉਂਗੀ ਮੈਂ, ਜਿਹੜਾ ਕੁਛ ਮੰਗਾਉਣਾ ਦੱਸ ਦੇ ਮੈਨੂੰ, ਮੈਂ ਆਪੇ ਪੈਸੇ ਦੇ ਕੇ ਬਾਵੇ ਤੋਂ ਮੰਗਾ ਦੂੰਗੀ। ਹੁਣ ਰੱਖੜੀ ਵੀ ਮੈਨੂੰ ਲੈ ਕੇ ਆਉਣੀ ਬੂ, ਇਹਦਾ ਮਤਲਬ ਮੇਰੇ ਪੈਸੇ ਲੱਗਣਗੇ। ਤੁਹਾਡੇ ਪੈਸੇ ਕਿਉਂ ਲੱਗਣਗੇ ਭੂਆ, ਦਾ ਫਿਰ ਰੱਖੜੀ ਬੰਨਣ ਦਾ ਫਾਇਦਾ ਕੀ ਆ? ਰੱਖੜੀ ਬਈ ਜਿਹਦੀ ਹੁੰਦੀ ਹੈ ਉਸੇ ਦੇ ਪੈਸਿਆਂ ਦੀ ਹੁੰਦੀ ਹੈ, ਨਹੀਂ ਰੱਖੜੀ ਨਹੀਂ ਲੱਗਦੀ। ਹਾਂ ਸਹੀ ਕਿਹਾ ਪ੍ਰੀਤ ਨੇ। ਲੈ ਭਾਬੀ ਮੈਂ ਬਾਵੇ ਦੇ ਪੈਸੇ ਕਿਉਂ ਲੱਗਣ ਦੇਊਂਗੀ ਪੁੱਤ, ਤੈਨੂੰ ਨਾ ਮੈਂ 30 ਰੁਪਏ ਦੇ ਦੂੰਗੀ, 10 ਰੁਪਿਆਂ ਦਾ ਗੁੜ ਲਿਆ, 20 ਰੁਪਿਆਂ ਦੀਆਂ 2 ਰੱਖੜੀਆਂ ਲਈ, ਧਾਗੇ ਜੇ ਹੁੰਦੇ ਜਿਹੜੇ ਉਹੀ ਸੋਹਣੇ ਲੱਗਦੇ ਨੇ ਪੁੱਤ, ਨਾਲੇ ਮੈਂ ਗੁੜ ਤੁਹਾਡੇ ਘਰ ਦਾ ਨਹੀਂ ਲੈਂਦੀ, ਕਿਉਂ ਫਿਰ ਲੱਗਣੀ ਨਹੀਂ ਰੱਖੜੀ? ਲੈ ਫਿਰ ਪ੍ਰੀਤ ਰੱਖੜੀ ਜਾ ਕੇ ਮੈਂ ਹੁਣੇ ਲਿਆਉਣਾ, ਜਿਹੜਾ ਭੂਆ ਨੇ ਵਿਹਾਰ ਕਰਨਾ ਹੋਇਆ ਹੁਣੇ ਕਰ ਦੂ, ਨਾਲੇ ਫਿਰ ਭੂਆ ਨੇ ਜਾਣਾ ਵੀ ਤਾਂ ਹੋਣਾ। ਹੋਰ ਟਾਈਮ ਨਾਲ ਵਗ ਜੂਗੀ ਭੂਆ। ਨਾ ਪੁੱਤ ਅੱਜ ਕਾਹਤੇ ਜਾਊਗੀ, ਰਾਤ ਰਹਿ ਕੇ ਜਾਊ, ਕੱਲ ਨੂੰ ਚਲੇ ਜਾਊਗੀ। ਰਾਤ ਨਹੀਂ ਰਹਿੰਦੀ, ਮੈਂ ਤਾਂ ਜੀ ਕਰਦਾ 4 ਕੁ ਦਿਨ ਰਹਿਣ ਵਾਸਤੇ। ਚੱਲ ਫਿਰ ਤੂੰ 4 ਕੁ ਦਿਨ ਕੀ, 10 ਦਿਨ ਰਹਿ ਕੇ ਜਾਈ ਸਾਡੇ ਕੋਲ। ਮੰਮੀ ਕੱਲ ਨੂੰ ਤਾਂ ਮੈਂ ਜਾਣਾ ਸੀ ਰੱਖੜੀ ਬੰਨਣ। ਕੋਈ ਗੱਲ ਨੀ ਪੁੱਤ, ਚਲੇ ਜਾਈ ਤੂੰ ਵੀ, ਭੂਆ ਮੇਰੇ ਕੋਲ ਰਹਿ ਜੂਗੀ। ਹਾਂ ਪੁੱਤ ਤੂੰ ਰੱਖੜੀ ਬੰਨਿਆ ਈ, ਮੈਂ ਤਾਂ ਨਾ 2 ਸੂਟ ਆਪਦੇ ਪਾ ਕੇ ਲੈ ਕੇ ਆਈ ਹੈਗੀ, ਮੈਂ ਆਖਾਂ ਰਹਿਣ ਦੀ ਸਲਾਹ ਹੋ ਗਈ ਤਾਂ ਮੈਂ ਰਹਿ ਵੀ ਪਾਉਂਗੀ। ਚੱਲ ਆ ਤਾਂ ਵਧੀਆ ਕਰਿਆ ਤਾਂ। ਚੰਗਾ ਮੈਂ ਆਉਂਦੀ ਹੈਗੀ। ਤੁਸੀਂ ਮੰਮੀ ਕਮਾਲੇ ਕਰਦੇ ਹੋ ਜਮੀ। ਪੁੱਤ ਐਂ ਥੋੜੀ ਕਰੀਦਾ ਹੁੰਦਾ, ਘਰੇ ਧੀ ਆਈ ਆ, ਉਹਦੇ ਨਾਲ ਤੁਸੀਂ ਦੱਸ ਕੀ ਗੱਲਾਂ ਕਰਦੇ ਹੋ, ਕਦੇ ਕੇਲਿਆਂ ਦੀਆਂ ਕਦੇ ਕਾਸੇ ਦੀਆਂ, ਐਂ ਥੋੜੀ ਬੇਇੱਜ਼ਤੀ ਕਰੀਦੀ ਹੁੰਦੀ ਆ। ਤਾਂ ਚਾਹੀਦਾ ਅਗਲੇ ਨੂੰ, ਨਾਲੇ ਤੂੰ ਕੀ ਕਹੀ ਜਾਂਦੀ ਸੀਗੀ ਵੀ ਰੱਖੜੀ ਅਸੀਂ ਲੈ ਆਵਾਂਗੇ, ਨਾ ਆਪਣਾ ਕੀ ਹੱਕ ਬਣਦਾ ਰੱਖੜੀ ਲਿਆਉਣ ਦਾ, 10 ਰੁਪਏ ਰੱਖੜੀ ਤੇ ਨਹੀਂ ਲਾ ਸਕਦੇ। ਉਹ ਮੇਰੀ ਮਾਂ ਦਾ ਜਮਾ ਅਕਲ ਨਹੀਂ ਹੈਗੀ, ਹੋਰ ਇਹ ਗੱਲਾਂ ਲੈ ਕੇ ਬਹਿ ਜਾਂਦੀ ਹੁੰਦੀ ਹੈ। ਨਾ ਫੇਰ ਉਹਨੂੰ ਮੈਂ ਕੀ ਕਹਿੰਦੀ ਵੀ ਪੈਸੇ ਦੇ ਦੇ, ਐਂ ਉਹ ਕਹਿ ਹੁੰਦਾ ਭਾਈ ਰਹਿਣ ਦੇ। ਬੰਦੇ ਦਾ ਆਪਦਾ ਦਿਮਾਗ ਵੀ ਕੰਮ ਕਰਦਾ ਹੈ ਵੀ ਭਾਈ ਰੱਖੜੀ ਤਾਂ ਲਿਆਉਣੀ ਚਾਹੀਦੀ ਆ। ਇੰਨੀ ਤਾਂ ਅਕਲ ਹੈਗੀ ਭੂਆ ਨੂੰ, ਸਾਰੀ ਉਮਰ ਲੰਘਾਤੀ ਉਹਨੇ, ਕੋਈ ਅੱਜ ਕੱਲ ਦੀ ਤਾਂ ਹੈ ਨਹੀਂ ਉਹ। ਭਾਈ ਤੁਸੀਂ ਤਾਂ ਹੱਥ ਧੋ ਕੇ ਭੂਆ ਦੇ ਪਿੱਛੇ ਪਏ ਪਏ ਹੋ, ਐਂ ਨਹੀਂ ਸਿਆਣੀ ਬਿਆਣੀ ਨਾ ਕਰੀਦਾ ਹੁੰਦਾ, ਘਰੇ ਆਈ ਆ ਉਹਦਾ ਇੱਜ਼ਤ ਮਾਣ ਕਰੋ। ਅੱਛਾ ਕੀ ਆ ਦੇ ਦਾਂਗੇ 500-700 ਰੁਪਇਆ, ਉਹਦੇ ਨਾਲ ਕੀ ਛੋਟੇ ਹੋ ਜਾਾਂਗੇ ਆਪਾਂ? ਇਹ ਤੋਂ ਉੱਪਰ ਅਸੀਂ ਇੱਜ਼ਤ ਮਾਣ ਕੀ ਕਰੀਏ, ਇੰਨੀ ਉਮਰ ਦੀ ਹੋ ਰਹੀ ਹੈ ਫਿਰ ਵੀ ਉਹਨੂੰ ਘਰੇ ਬੁਲਾ ਕੇ ਰੱਖੜੀਆਂ ਬਣਵਾਈ ਜਾਂਦੀ ਉਹਦੇ ਤੋਂ। ਨਾਲੇ ਮਾਂ ਤੂੰ ਐਂ ਗੱਲ ਦੱਸ, ਭਾਵੇਂ ਨਾ ਭੂਆ ਦਾ ਜਾਣ ਦੀ ਤਿਆਰੀ ਹੋਵੇ, ਤੂੰ ਉਹਨੂੰ ਮੱਲੋ ਚੋਰੀ ਰੱਖੀ ਜਾਣੀ ਆ ਉਰੇ, ਅੱਗੇ ਰਹਿ ਰਹੇ ਅੱਜ ਤਾਂ ਤੂੰ। ਪੁੱਤ ਕਹਿਣਾ ਹੀ ਪੈਂਦਾ, ਧੀ ਤੇ ਆਣੀ ਆ, ਜੇ ਕਹੂੰਗੀ ਨੀ ਉਹਦੇ ਮਨ 'ਚ ਕੀ ਆਊਗਾ ਵੀ ਮੈਨੂੰ ਘਰੇ ਗਈ ਨੂੰ ਐਂ ਨੀ ਕਿਹਾ ਹੈਗਾ ਵੀ 2-4 ਦਿਨ ਰਹਿ ਜਾ। ਉਹ ਹੁਣ ਤਾਂ ਸਕੀਰੀ ਦੂਰ ਦੀ ਬਣ ਗਈ, ਹੁਣ ਤਾਂ ਧੀ ਤੇ ਆਣੀ ਲਾਪਰੀ ਤੇ ਰਹੇਗੀ ਤੇਰੀ। ਹੁਣ ਮੈਂ ਵੀ ਤਾਂ ਜਾਣਾ ਆਪਦੇ ਪੇਕੇ, ਹੁਣ ਮੇਰੀ ਗੱਲ ਸੁਣ, ਜੇ ਮੈਂ ਛੱਡ ਕੇ ਬਾਗੀ ਅਗਲੀ ਕਹੂਗੀ ਲੈ ਮੈਂ ਉਰੇ ਆਈ ਹੋਈ ਆਪ ਮੋਜਨ ਪੇਕੇ ਤੁਰ ਗਈ, ਅਗਲੇ ਐਂ ਤਾਂ ਨਹੀਂ ਦੇਖਦਾ ਹੁੰਦਾ ਵੀ ਮੈਂ ਰੱਖੜੀ ਬੰਨਣਾ ਹੀ ਇਹਨੇ ਵੀ ਜਾਣਾ ਹੋਊਗਾ। ਨਹੀਂ ਕੁਛ ਨਹੀਂ ਕਹਿੰਦੀ ਹੈਗੀ, ਕੋਈ ਗੱਲ ਨਹੀਂ ਤੁਸੀਂ ਚਲੇ ਜਾਇਓ ਸਵੇਰੇ, ਮੈਂ ਤੈਨੂੰ ਕਿਹਾ ਤਾਂ ਹੈਗਾ ਭਾਈ ਰਾਤ ਰਹਿਆਇਓ ਤੁਸੀਂ। ਚੱਲ ਕਰ ਲਾ ਕੰਮ ਕੋਈ। ਆਹੋ ਚਾਹ ਬਣਾਉਣੀ ਆ। ਬਣਾ ਦੀ ਕਾਫੀ ਚੰਗਾ ਭੂਆ ਨੂੰ। ਬਸ ਕਰ ਤੂੰ ਵੀ ਨਾ ਜ਼ਿਆਦਾ ਬੋਲੀ ਜਾ। ਕੀ ਨਾ ਬੋਲਾਂ ਮੈਂ ਯਾਰ।